ਫੋਨ ਕੀਆ ਮੰਗੇਸ਼ ਜੀ ਸਾਹਿਬ ਨਿੱਕੇ ਕੋਡ ਦਾ ਵੀ ਇਹਦਾ ਅੱਜ ਵਾਲਾ ਵੀ ਮਾਰੋ ਅੱਜ ਵਾਲਾ ਇੱਕ ਮਿੰਟ ਹੋਰ ਦੇਖ ਮੈਂ ਡਾਕਟਰ ਕੋਲ ਜਿਹੜਾ ਨੰਬਰ ਇਸ਼ੂ ਕੀਤਾ ਸਰਕਾਰ ਨੇ ਬਾਹਰ ਚਲੋ ਸੰਗਾ ਛੱਡਣ ਲੱਗਿਆ ਮੇਰੀ ਬਾਹ ਤੇ ਤੁਸੀਂ ਅੱਜ ਖੰਨੇ ਆਏ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪਬਲਿਕ ਨੂੰ? ਮੈਂ ਪਬਲਿਕ ਨੂੰ ਤੁਹਾਡੇ ਮੀਡੀਅਮ ਰਾਹੀਂ ਉਹਨਾਂ ਦਾ ਸਹਿਯੋਗ ਮੰਗਦਾ। ਇਹ ਇੱਕ ਬਹੁਤ ਵੱਡੇ ਪੱਧਰ 'ਤੇ ਬਿਮਾਰੀ ਫੈਲਣ ਕਰਕੇ ਇਹਦੇ ਬਹੁਤ ਜ਼ਿਆਦਾ ਆਸਪੈਕਟ ਅਤੇ ਸੀਰੀਅਸ ਇੰਪਲੀਕੇਸ਼ਨ ਹੈਗੀਆਂ। ਇਹਦੇ 'ਚ ਥੋੜ੍ਹੇ ਦਿਨ ਸਾਨੂੰ ਔਖਾ ਹੋਣਾ ਪੈਣਾ, 3 ਹਫ਼ਤਿਆਂ ਦਾ ਕੋਈ ਲੰਮਾ ਜੋੜਾ ਸਮਾਂ ਵੀ ਨਹੀਂ ਹੁੰਦਾ। ਪਰ ਨਾਲ ਦੀ ਨਾਲ ਜਿੱਥੇ ਕਿਸੇ ਨੂੰ ਕੋਈ ਜੈਨੂਅਨ ਪ੍ਰੋਬਲਮ ਆਉਂਦੀ ਹੈ, ਕੋਈ ਰੀਅਲੀ ਅਗਰੀਵਡ ਹੈ, ਕਿਤੇ ਦਵਾਈਆਂ ਦਾ ਮਸਲਾ ਹੈ, ਉਹਦੇ ਲਈ ਐਡਮਿਨਿਸਟ੍ਰੇਸ਼ਨ ਨੇ 7-8 ਹੈਲਪਲਾਈਨਸ ਆਲਰੇਡੀ ਡੈਡੀਕੇਟਡ ਬਣਾ ਦਿੱਤੀਆਂ, ਜਿਹਦੇ 'ਚ ਜ਼ਿੰਮੇਵਾਰ ਬੰਦਿਆਂ ਨੂੰ ਇੰਚਾਰਜ ਬਣਾਇਆ ਗਿਆ। ਤੋ ਮੈਨੂੰ ਪੂਰਨ ਆਸ ਹੈ ਕਿ ਨਾ ਸ਼ਹਿਰੀਆਂ ਨੂੰ ਕੋਈ ਦਿੱਕਤ ਆਊਗੀ ਅਤੇ ਨਾਲੇ ਅਸੀਂ ਇਸ ਬਿਮਾਰੀ 'ਤੇ ਕੰਟਰੋਲ ਕਰ ਪਾਵਾਂਗੇ। ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ। ਬਾਕੀ ਅਸੀਂ ਐਡਮਿਨਿਸਟ੍ਰੇਸ਼ਨ ਹਰ ਵੇਲੇ ਤੁਹਾਡੀ ਮਦਦ ਲਈ ਇੱਥੇ ਅਸੀਂ ਅਵੇਲੇਬਲ ਹਾਂ ਰਾਊਂਡ ਦਾ ਕਲੋਕ। ਜਦੋਂ ਤੁਸੀਂ ਮਰਜ਼ੀ ਕਾਲ ਕਰੋ, ਜਦੋਂ ਮਰਜ਼ੀ ਤੁਸੀਂ ਦੱਸੋ,
ਤੁਸੀਂ ਸਾਡੇ ਵਾਂਗੂ ਹੀ ਜ਼ਿੰਮੇਵਾਰ ਸੈਕਸ਼ਨ ਨੂੰ ਬਿਲੋਂਗ ਕਰਦੇ ਹੋ ਅਤੇ ਮੈਂ ਸਮਝਦਾ ਵੀ ਤੁਸੀਂ ਵੀ ਸਾਡਾ ਸਹਿਯੋਗ ਪਹਿਲਾਂ ਨਾਲੋਂ ਜ਼ਿਆਦਾ ਦਿਓ ਤਾਂ ਕਿ ਅਸੀਂ ਇਹਦੇ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਪਾਈਏ। ਸਰ ਹਜੇ ਤੱਕ ਸ਼ਿਕਾਇਤ ਇਹੀ ਆਈ ਹੈ ਵੀ ਐਡਮਿਨਿਸਟ੍ਰੇਸ਼ਨ ਤੋਂ ਵੱਲੋਂ ਨਾ ਕਈ ਵਾਰੀ ਫੋਨ ਨਹੀਂ ਉਹ ਕੀਤੇ ਜਾ ਰਹੇ, ਕੰਟੈਕਟ ਨਹੀਂ ਹੋ ਪਾਉਂਦਾ ਉਹਨਾਂ ਨਾਲ ਜ਼ਰੂਰ ਦੇ ਟਾਈਮ 'ਤੇ। ਉਹਦਾ ਇੱਕ ਕਾਰਨ ਇਹ ਸੀਗਾ ਨਾ ਕਿਉਂਕਿ ਹੁਣ ਫੋਰ ਐਗਜ਼ਾਮਪਲ SDM ਹੈਗਾ, SDM ਨੂੰ ਜੇ ਸਾਰੇ ਹਰ ਕੰਮ ਵਾਸਤੇ ਉਹਨੂੰ ਫੋਨ ਕਰਨ ਲੱਗ ਜਾਣ ਜਾਂ ਹਰ ਕੰਮ ਲਈ ADM ਨੂੰ ਜਾਂ SSP ਨੂੰ ਕਰਨ ਲੱਗ ਜਾਣ ਤਾਂ ਦਿੱਕਤ ਆਉਂਦੀ ਸੀਗੀ। ਤੋ ਇਸੇ ਕਰਕੇ ਇਹਨਾਂ ਨੇ ਇਹਨਾਂ ਨੂੰ ਸੈਕਸ਼ਨ ਵਾਈਜ਼ ਕਰ ਦਿੱਤਾ ਵੀ ਜੇ ਇਸ ਕੰਮ ਵਾਸਤੇ ਹੈ ਤਾਂ ਇਸ ਨੰਬਰ 'ਤੇ ਕਰਿਓ, ਜੇ ਇਸ ਪ੍ਰੋਬਲਮ ਵਾਸਤੇ ਕਰਨਾ ਤਾਂ ਇਸ ਨੰਬਰ 'ਤੇ ਕਰਿਓ। ਇਹ ਲੈਂਡ ਲਾਈਨ ਇਸਟੈਬਲਿਸ਼ ਕਰਨ ਦਾ ਮਤਲਬ ਇਹੀ ਸੀਗਾ। ਇਹ ਓਪਰੇਸ਼ਨਲ ਅੱਜ ਹੋ ਗਈਆਂ ਹੈ। ਸਰ ਇੱਕ ਚੀਜ਼ ਹੋਰ ਹੈ, ਸਰ ਮੈਂ ਅਗਰ ਆਪਣੇ ਇੰਟਰੋਡਕਟ ਚੱਲਦਾ, ਮੈਂ ਸਕੇ ਸ਼ੋਰੀ ਹਿੰਦੁਸਤਾਨ ਟਾਈਮਸ ਕਰ ਲਓ। ਜੀ ਜੀ ਸਰ, ਉਹ ਇੱਕ ਬੜੀ ਦਿੱਕਤ ਆ ਰਹੀ ਹੈ, ਜਿਹੜੇ ਕੈਮਿਸਟ ਸ਼ੋਪਸ ਨੇ ਦੇਅਰ ਆਰ ਹਿਊਜ ਕਰਾਊਡ ਜੀ, ਤੇ ਕਈ ਵਾਰੀ ਨੋਟਿਸ ਵੀ ਲਿਆਂਦਾ ਗਿਆ ਪਰ ਕੋਈ ਉਹ ਚੀਜ਼ ਦਾ ਰਿਜ਼ਲਟ ਨਹੀਂ ਆਇਆ ਜੀ। ਜੇ ਇਹਨਾਂ ਚੋਂ ਇਹ ਬੰਦਿਆਂ ਚੋਂ ਕੋਈ ਵੀ ਨਾ ਕਰੇ, ਤੁਸੀਂ ਇਹ ਵੀ ਨਹੀਂ ਚੱਕਦੇ, ਇਹ ਕਹਿਣਾ ਚਾਹੁੰਦੇ। ਮੇਰਾ ਖਿਆਲ ਹੈਗਾ ਵੀ ਇਹ ਕਿਉਂਕਿ ਇਸ ਗੱਲ ਕਰਕੇ, ਕਿਉਂਕਿ ਪਹਿਲਾਂ ਇਹ ਸਾਰਾ ਡਿਸਟ੍ਰੀਬਿਊਟ ਨਹੀਂ ਹੋਇਆ ਸੀ ਕੰਮ, ਤਾਂ ਕੁਆਇਟ ਪੋਸੀਬਲ ਹੈਗਾ ਹੈ ਨਾ ਜੀ। ਹੁਣ ਇੱਕ ਵਾਰ ਇਹਨੂੰ ਚਾਂਸ ਦਿਓ ਕਿ ਇਹ 8 ਲੈਂਡ ਲਾਈਨਸ ਨੇ, ਕੰਮ ਸਟੈਗਰ ਹੋ ਜਾਊਗਾ, ਡਿਸਟ੍ਰੀਬਿਊਟ ਹੋ ਜਾਊਗਾ, ਇਹ ਜ਼ਰੂਰ ਚੱਕਣਗੇ। ਜੇ ਇਹ ਨਹੀਂ ਚੱਕਣਗੇ ਦੈਨ ਵੀਲ ਹੌਲ ਦੈਮ, ਇਹ ਕੋਈ ਮਤਲਬ ਨਹੀਂ ਹੈ ਵੀ ਇਹ ਫੋਨ ਨਾ ਚੱਕਣ।